ਮੇਲਾ ਆ ਗਿਆ, ਐਤੀ ਤਾਂ ਕੱਟ ਵੀ ਵਾਲਾ ਹੋਊਗਾ। ਇਹ ਕਿ ਐਤੀ ਠੰਡ ਵੀ ਹੈ, ਪਹਿਲਾਂ ਭਾਦੋ ਦਾ ਹੁੰਦਾ, ਐਤੀ ਤਾਂ ਅੱਸੂ ਦਾ। ਬੇ ਪੁੱਤ ਤੂੰ ਪਿਆ ਖੇਤ ਬੰਨੇ ਦੇਖ ਕੇ ਆਉਂਦਾ ਮਾੜਾ ਮੋਟਾ? ਹਾਂ ਬੇਬੇ। ਖੇਤ ਬੰਨੇ ਦੇਖ ਕੇ ਆਉਂਦਾ, ਕੰਮ ਧੰਦਾ ਕੋਈ ਕੱਖ ਕੁੱਕ ਤਾਂ ਨੀ ਜੇਰੀ ਚ? ਖੇਤ ਮਹਾ ਹੱਥ ਨਾਲ ਠੰਡੇ ਹੋਏ ਕਿਹੜਾ ਮਾਰ ਆਵਾਂਗੇ? ਨਾ ਦੋਜੀ ਨਾ ਹਿਸਾਬ ਕਰਿਆ ਆਉਂਦਾ, ਰੂੜ ਮਹੀਨੇ ਦਾ ਹਿਸਾਬ ਕਿਤਾਬ ਪਿਆ ਆਪਣਾ। ਨਾ ਕਿ ਉਹ ਫੜ ਲਈ ਦੋ ਕਿਲੋ ਨੂੰ ਕਹਿ ਦੀ ਵੀ ਲਿਆਈ ਭਾਈ। ਕਿਉਂ ਹੈ ਨੀ ਹੁਣ ਪਿਆ ਤਾਂ ਹੈਗਾ ਜੀ? ਕਿਉਂ ਆ ਮੇਲੇ ਆਊ ਪੁੱਤ, ਹੁਣ ਤੈਨੂੰ ਪਤਾ ਦੇਗ ਬਣਾਉਣੀ ਪਊਗੀ ਮੇਲੇ ਦੇ। ਬੇਬੇ ਐਤਕੀ ਰਿਸ਼ਤੇਦਾਰ ਵੀ ਵਾਲੇ ਆਉਣਗੇ, ਫੋਨ ਵੀ ਬੜਾ ਨੇ ਕਰੇ। ਹੋਰ ਸੰਦੀਪ ਦਾ ਫੋਨ ਆਇਆ ਸੀ ਨਾਲੇ, ਨੰਗਲ ਵਾਲੇ ਬੱਲੇ ਦਾ ਫੋਨ ਆਇਆ ਸੀਗਾ। ਅੱਛਾ, ਹੋਰ ਉਹ ਫਰੀਦਕੋਟਲਾਂ ਦਾ ਵੀ ਫੋਨ ਆਇਆ ਸੀ, ਮਤਲਬ ਸਾਰੇ ਆਉਣਗੇ। ਭਰੂ ਵੀ ਵਾਲਾ ਵਾਧੋ ਭਰੂ, ਅੱਗੇ ਭਾਦੋ ਦਾ ਹੁੰਦਾ, ਹੁਣ ਅੱਸੂ ਦਾ। ਹਾਂ ਅੱਸੂ ਚ ਵਗ ਗਿਆ। ਹਾਂ ਅੱਸੂ ਚ ਵਗ ਗਿਆ। ਕਿੰਨੀ ਤਰੀਕ ਦਾ? 25 ਦਾ ਕਿ 26 ਦਾ? 25 ਦਾ, 25 ਦਾ ਪਹਿਲਾ ਦਿਨ ਹੈ। ਨਾ ਉਹ ਅੱਸੂ ਹੈ ਮੇਲਾ ਦਾ, ਉਹਦਾ ਮੋਬਾਈਲ ਤਿਆਰ ਹੈ ਉਹ ਪੁੱਤੋ? ਮੈਂ ਪਾਇਆ ਨਹੀਂ ਐਤਕੀ ਉਹਨਾਂ ਨੇ ਗਰੁੱਪ ਜਿਹਾ, ਪਤਾ ਨਹੀਂ ਕੀ ਗੱਲ। ਹਾਂ ਪਾਇਆ ਕੁਆਸਟਰ ਨਾ, ਨਾ ਕੋਈ ਇਸ਼ਤਿਹਾਰ ਜੇ ਲਾਇਆ, ਸਫਾਈ ਤਾਂ ਕਰੀ ਜਾਂਦੇ ਗੁਰਦੁਆਰੇ? ਹਾਂ ਹੁਣ ਗੁਰਦੁਆਰੇ ਜਾਇਆ ਕਰਾਂਗੇ ਫਿਰ ਪਤਾ ਲੱਗੂਗਾ। ਹਾਂ ਗੁਰਦੁਆਰੇ ਤਾਂ ਸਾਰਾ ਪਤਾ ਲੱਗਦਾ। ਤਾਈਗੇ ਪੁੱਤ ਨਹੀਂ ਮਿਲੀ ਤੈਨੂੰ? ਨਾ ਉਹਨੂੰ ਕਹਿ ਦਿੰਦੀ ਇਹ ਕੱਲ ਪਕਾਈ ਮਾਰੀ ਜਾਂਦੀ ਸੀਗਾ, ਇਹਦੀ ਕਹੀ ਗੱਲ ਤਾਂ ਸੁਣੀ ਕਹਿ ਤੂੰ। ਚੱਲ ਕੋਈ ਨਾ, ਹੋਰ ਸਰੀਕਾ ਕਿ ਵੀ ਲਾ ਮੈਂ ਆਪਣੇ ਫਰਕ ਪੈਣ ਵਾਲੀ ਗੱਲ ਹੋ ਜਾਂਦੀ ਆ। ਹਾਂ ਉਹ ਤਾਂ ਆ ਜੂਗੀ। ਦੇਖੋ ਮਰੀਕ ਨੂੰ ਮੈਂ ਇਸ ਨੂੰ ਕਿਹਾ ਸੀ, ਮਹਾਂ ਸਾਨੂੰ ਕੋਈ ਮੈਂਸ ਦਵਾਈ ਕੋਈ ਸੱਜਰ ਸੂਈ ਵਧੀਆ ਦੁੱਧ ਵਾਲੀ, ਫਿਰ ਇਹਨੂੰ ਆਪਾਂ ਵੇਚ ਦਾਂਗੇ ਆਪਣੇ ਲਈ, ਇਹਨੂੰ ਫਿਰ ਸੱਜਰ ਸੂਈ ਵਧੀਆ ਦੇਖ ਲਾਂਗੇ। ਹਾਂ ਹੁਣ ਮੇਲੇ ਵੇ ਦੁੱਧ ਬਾਅਦ ਦੀ ਵੀ ਲੋੜ ਆ ਪਤਾ। ਹਾਂ ਹੁਣ ਨਾਲ ਚੱਲ ਆਪਾਂ ਨੂੰ ਵੀ ਲੋੜ ਆ। ਹਾਂ ਆਪਾਂ ਨੂੰ ਵੀ ਲੋੜ ਆ ਦੁੱਧ ਬਾਅਦ ਦੀ, ਚੱਲ ਘਰੇ। ਹਾਂ ਉਹ ਦੇਖ ਲਈ ਕੋਈ ਵਧੀਆ ਮਿਲ ਗਈ, ਚਲੋ। ਹਾਂ ਹੈਨਾ, ਜਿਹੜਾ ਤਾਂ ਫਿਰ ਮੈਂ ਆਥਣੇ ਮਾਰ ਕੇ ਆਉਂ, ਹੁਣ ਤਾਂ ਸਿਖਰ ਦੁਪਹਿਰਾ ਹੋਇਆ ਪਿਆ। ਫਿਰ ਦੋਜੀ ਕੋਲੇ ਨਹੀਂ ਕੀ ਕਮੈਂ? ਦੋਜੀ ਕੋਲ ਜਾ ਕੇ ਆਉਣਾ ਵਾ। ਹਾਂ ਦੋਜੀ ਕੋਲ ਜਾ। ਕੋਈ ਗੱਲ ਨਹੀਂ, 2 ਕਿਲੋ ਦੋ ਹੋ ਲਿਆ ਮੈਂ ਕਿਹਾ। ਹਾਂ 2 ਕਿਲੋ ਲੈ ਪਤਾ, ਚਲ ਕੋਈ ਗੱਲ ਨਹੀਂ ਜਾ। ਜੇ ਉਹਦੇ ਕੋਲ ਵਧੀਆ ਹੋਇਆ ਮੈਂ ਪਹਿਲਾਂ ਦੇਖੂਗਾ, ਕਿ ਵਿੱਚ ਨਾ ਮਿਲਾਵਟ ਜੀ ਕਰ ਦਿੰਦੇ ਆ। ਹਾਂ ਪਿਛਲੀ ਵਾਰੀ ਮੈਨੂੰ ਐਂ ਲੱਗਾ ਉਹ ਚ ਸਮੈਲ ਜੀ ਨਹੀਂ ਆਉਂਦੀ ਸੀ ਦੇਸੀ ਕੋਈ। ਉਹਦਾ ਪੁੱਤ ਆਪਣੇ ਘਰੇ ਪਿਆ, ਤੈਨੂੰ ਪਤਾ ਫਿਰ ਸਬਜ਼ੀ ਜੀ ਪਾਉਣਾ ਪੈਂਦਾ, ਦਾਲ ਸਬਜ਼ੀ ਚ। ਹਾਂ ਦੇਗਾ ਵੀ ਬਣਾਉਣੀਆਂ ਪੈਣਗੀਆਂ ਗੁਰੂ ਘਰ ਦੇ ਆਵਾਂਗੇ ਨਾਲੇ। ਹਾਂ ਚਲੋ ਕਿ ਹੁੰਦੇ ਆਵਾਂਗੇ ਗੁਰੂ ਘਰ, ਆਪਾਂ ਹੁੰਦਾ ਕੋਈ ਵਾਧੂ ਘੱਟ ਹੁੰਦਾ। ਦੇ ਬੈਂਤ ਦਾ ਫੋਨ ਤਾਂ ਨਹੀਂ ਆਇਆ, ਬੈਂਤ ਹੋਰੇ ਆਉਣਗੇ? ਆਉਣਗੇ। ਕੀ ਕਹਿੰਦੇ? ਆਵਾਂਗੇ ਕਹਿੰਦੇ ਸਰ। ਚਲ ਫਿਰ ਤਾਂ ਠੀਕ ਹੈ ਜੀ, ਆਉਣਗੇ ਤਾਂ। ਐਂ ਤਾਂ ਸਾਰੀਆਂ ਆਉਣਗੀਆਂ, ਕਰਮਜੀਤ ਹੋਰਾਂ ਵੀ ਕਹਿੰਦੇ ਪਾ ਲਓ ਬੈਂਤ। ਤਾਂ ਠੀਕ ਹੈ। ਹਾਂ ਚੱਲ ਲਿਆਉਣਾ ਫਿਰ ਮੈਂ ਲਿਆ ਪੁੱਤ, ਵੱਧ ਲਿਆਉਣਾ ਵੱਧ ਲਿਆਉਣਾ ਤਾਂ ਦੇਖੀਓ ਨਾ, ਪਹਿਲਾਂ ਦੇਖ ਲਾਂਗੇ ਆਪਾਂ ਕਿ ਉਹ ਵਧੀਆ ਹੋਇਆ, ਫਿਰ ਤਾਂ ਵਰਤ ਲਾਂਗੇ। ਆਓ ਫਿਰ ਕਿਲੋ ਬਾਅਦ ਚ ਲਿਆਵਾਂਗੇ। ਹਾਂ ਕਿਲੋ ਬਾਅਦ ਚ ਲਿਆ। ਠੀਕ ਹੈ। ਹਾਂ ਹੁਣ ਠਾ ਦੀ ਪਈ ਆ, ਦੇਖ ਲੈ 10 ਵਜੇ ਨੇ, ਤੇ 2 ਘੰਟੇ ਹੋ ਗਏ ਪਈ ਨੂੰ। ਦੁਬਾਰੇ ਉੱਠ ਕੇ ਨਾ ਆ ਕੇ ਕੰਮ ਧੰਦੇ ਜੇ ਕਰਕੇ ਫੇਰ ਪਏਗੀ। ਹੋਰ ਉਹ ਮੈਂ ਤਾਂ ਨਹੀਂ ਬੋਲਿਆ, ਮੈਂ ਐਂ ਕਹੂਗੀ ਵੀ ਫੇਰ ਕਲੇਸ਼ ਕਰਨਾ, ਕੱਲ ਮੇਰਾ ਪਿਓ ਆ ਕੇ ਗਿਆ ਵੀ ਅੱਜ ਫੇਰ ਕਲੇਸ਼ ਕਰ ਲਿਆ, ਪਰ ਇਹਨੂੰ ਦੇਖਦੇ ਆ ਪਹਿਲਾਂ, ਮੈਂ ਪਹਿਲਾਂ ਦੇਖਦਾ ਵੀ ਇਹ ਕੰਮ ਧੰਦਾ ਆਪ ਤੋਂ ਕਰਦੀ ਹੈ ਕਿ ਨਹੀਂ ਕਰਦੀ। ਹਾਂ ਨਾ ਮੈਂ ਬੋਲ ਮਾਰੂੰਗੀ, ਇਹ ਤਾਂ ਐਂ ਨਹੀਂ ਉੱਠਦੇ ਪੁੱਤੇ, ਮੈਨੂੰ ਵਗ ਜਾਣਗੇ ਬਾਅਦ ਚ ਠਾਈ ਤੂੰ ਇਹਨੂੰ। ਠੀਕ ਹੈ ਠੀਕ ਹੈ, ਮੇਰੇ ਬੈਠੇ ਤੋਂ ਨਾ ਫਿਰ ਤਾਂ ਉਹਨੂੰ ਐਂ ਹੋ ਜਾਂਦਾ, ਮੇਰੇ ਉਹ ਐਂ ਹੋ ਜਾਂਦਾ ਵੀ ਇਹ ਵਿੱਚ ਬੋਲੂਗਾ ਵੀ ਮੇਰੀ ਉਹ ਸਪੋਰਟ ਕਰੂ। ਨਾ ਨਾ ਮੈਂ ਆਪੇ ਬੋਲ ਮਾਰ ਲੂੰਗੀ, ਮੈਂ ਨਹੀਂ ਸਪੋਰਟ ਕਰਦਾ ਇਹਦੀ। ਹਾਂ ਫਿਰ ਆਪਾਂ ਉਹਦੇ ਪਿਓ ਨੂੰ ਸੱਦ ਲਾਂਗੇ ਨੀ, ਤੂੰ ਇਹਨੂੰ ਸਿੱਧੀ ਕਰਦੀ, ਕੁਛ ਨਹੀਂ ਹੁੰਦਾ, ਤੜਫੜ ਕਰਦਾ ਕਰ, ਕੋਈ ਚੱਕਰ ਨਹੀਂ। ਠੀਕ ਹੈ ਪੁੱਤ। ਆਹੋ ਕੋਈ ਨਾ, ਮੈਂ ਤਾਂ ਇੱਧਰ ਦੇਖਦਾ ਮਿਸਤਰੀ ਲੱਗ ਰਹੇ ਇਹਨਾਂ ਦੀ ਕੋਠੀ ਚ, ਮੈਂ ਤਾਂ ਐਸੇ ਮਾਂ ਚਲ ਮੈਂ ਤਾਂ ਉਹਨਾਂ ਕੋਲ ਜਾ ਕੇ ਆਉਣਾ। ਚੱਲ ਪਹਿਲਾਂ ਮੈਂ ਡੈਰੀ ਚ ਜਾ ਕੇ ਆਉਣਾ। ਡੈਰੀ ਚ ਜਾਇਆ ਪੁੱਤ? ਆਹੋ ਆਮ ਜੀ। ਚੰਗਾ ਬੇਬੇ ਮੈਂ ਜਾ ਕੇ ਡੈਰੀ ਚ ਫੇਰ। ਚੰਗਾ ਜਾਇਆ ਪੁੱਤ। ਹੋਰ ਖੜੀ ਹੋ ਜਾ ਕੁੜੇ, ਫਿਰ 8 ਵਜੇ ਦੀ ਪਈਆਂ ਦੇ ਲੈ, 10 ਵਜੇ ਫਿਰ ਤੇਰਾ ਟਾਈਮ ਨਹੀਂ ਹੋਇਆ ਕੁੜੇ, ਸੁਣ ਲਿਆ ਕਿਸੇ ਕੰਜਰ ਦੀ ਗੱਲ।
ਦੋ ਘੰਟੇ ਹੋ ਗਏ ਤੈਨੂੰ ਬੋਲ ਮਾਰਦੀ ਨੂੰ, ਉੱਠੇਂਗੀ ਕਿ ਮੈਂ ਆਵਾਂ? ਕੱਲ੍ਹ ਦੇ ਅੱਗੇ ਮੈਂ ਫਾੜ ਫਾੜ ਬੋਲਦੀ ਸੀ, ਫਿਰ ਕਹਿੰਦੇ ਸੱਸ ਮਾੜੀ ਹੈ, ਅਜੇ ਤੇਰੀ ਨੀਂਦ ਉਤਰੀ ਨੀ, ਅੱਖਾਂ ਮਸਲ ਦੀ ਹੋ ਗਈ, ਦੋ ਘੰਟੇ ਹੋ ਗਏ ਸੁੱਤੀ ਨੀ। ਬੇਬੇ ਕਿਉਂ ਕੰਨ ਖਾਧੇ ਨੇ, ਕਦੋਂ ਦੀ ਲੱਗੀਆਂ ਬੋਲ ਮਾਰਨ, ਸੌਣ ਵੀ ਨੀ ਦਿੰਦੀ, ਕਿੱਡੀ ਕੁ ਗੱਲ ਅਜੇ ਪੈ ਗਈ, ਘੰਟਾ ਬਥੇਰਾ ਚਿਰ ਹੋ ਗਿਆ ਤੈਨੂੰ ਪਈ ਨੂੰ, ਚਾਹ ਦੀ ਘੁੱਟ ਬਣਾ ਦੇ ਮੈਨੂੰ। ਮੇਰੀ ਗੱਲ ਸੁਣ ਲਾ, ਉਹ ਗੱਲਾਂ ਗਈਆਂ ਵੀ ਮੈਂ ਨਰਮਾਈ ਵਰਤ ਜੂ, ਹੁਣ ਨੀ ਮੈਂ ਨਰਮਾਈ ਵਰਤਦੀ, ਆਪਦੀ ਕਰਕੇ ਪੀ ਲਾ, ਨਾਲੇ ਘੁੱਟ ਮੈਨੂੰ ਕਰਕੇ ਦੇ ਦੇ। ਲਾ ਲਾ ਚਾਹ ਨਾ ਕਿਤੇ ਤੈਨੂੰ ਮੈਂ ਕਰਕੇ ਦੇ ਦਾ, ਫਿਰ ਮੇਰੇ ਤੋਂ ਨੀ ਹੁੰਦੀ, ਸਿੱਧੀ ਹੋ ਕੇ ਚਾਹ ਕਰ ਦੇ, ਹੁਣ ਨੀ ਮੈਂ ਤੇਰੇ ਮੂਹਰੇ ਸਿੱਧੀ ਹੁੰਦੀ, ਬਥੇਰਾ ਚਿਰ ਦੇਖ ਲਿਆ ਸਿੱਧੀ ਹੋ ਕੇ, ਹੋਰ ਕੀ ਭਾਲਦੀ ਆ ਤੂੰ ਫਿਰ, ਹੁਣ ਤਾਂ ਜਿਵੇਂ ਤੂੰ ਚੱਲੇਂਗੀ ਉਵੇਂ ਚੱਲੂਗੀ। ਐਂ ਕਿਵੇਂ ਚੱਲੇਗੀ? ਜਿਵੇਂ ਤੁਸੀਂ ਮੈਨੂੰ ਪੈਰ ਦੀ ਜੁੱਤੀ ਸਮਝਦੇ ਸੀ ਨਾ, ਉਹ ਟਾਈਮ ਗਿਆ, ਹੁਣ ਮੈਂ ਸਮਝੂ ਸਾਨੂੰ ਪੈਰ ਦੀ ਜੁੱਤੀ? ਸਮਝੇਂਗੀ ਤੂੰ? ਹਾਂ ਫਿਰ ਕਰ ਲਾ ਚਾਹ, ਮੈਥੋਂ ਨੀ ਬਣਦਾ ਨੇਕੜੂ, ਵੱਡੀ ਆਈ ਹੈ ਚਾਹ ਵਾਲੀ, ਇਹ ਕਰਦੀ ਹੈ ਦੇਖ ਬੈਠੀ ਆਰਡਰ, ਨਾਲੇ ਮੇਰੀ ਗੱਲ ਸੁਣ, ਕੱਪੜੇ ਦੇ ਤੈਹਾਂ ਮਾਰ ਦੇ, ਮੈਥੋਂ ਨੀ ਬਣਦੀ ਤੈਹਾਂ ਤੂੰ, ਆ ਚੱਕ ਮਾਰ ਤੈਹਾਂ, ਮੈਂ ਤਾਂ ਰੋਟੀ ਖਾਂਦੀ ਹਾਂ। ਦੇਖ ਕਿੰਨੀ ਚੰਬੜੀ ਹੋਈ ਹੈ, ਪਿਓ ਕਾਹਦਾ ਆ ਗਿਆ, ਪਤਾ ਨੀ ਕੀ ਕਰਨ ਚ ਫੂਕ ਮਾਰ ਗਿਆ, ਕੱਲ ਦੀ ਹੰਕਾਰੀ ਪਈ ਹੈ। ਨਾਲੇ ਮੇਰੀ ਗੱਲ ਸੁਣ ਲੈ ਮਾਤਾ, ਮੈਨੂੰ ਹੰਕਾਰੀ ਹੰਕੂਰੀ ਨਾ ਬੋਲ, ਤੂੰ ਹੰਕਾਰੀ ਹੋਵੇਂਗੀ, ਤੂੰ ਚੰਬੜੀ ਹੋਵੇਂਗੀ, ਜ਼ਿਆਦਾ ਬੋਲਦੀ ਆ, ਨਾਲੇ ਵੱਧ ਘੱਟ ਨਾ ਬੋਲੀ ਮੇਰੇ ਪਿਓ ਨੂੰ। ਮੈਂ ਤਾਂ ਅੱਗੇ ਬੋਗਲ ਜਾ ਕੇ ਆਉਂਦੀ ਹਾਂ। ਵਗ ਜਾ ਜਿੱਥੇ ਮਰਜ਼ੀ ਜਾਇਆ, ਪਰ ਕੱਪੜੇ ਮਾਤਾ ਇੱਥੇ ਹੀ ਰਹਿਣਗੇ, ਇਹਨਾਂ ਨੂੰ ਆ ਕੇ ਤਈ ਤੈ ਮਾਰਨੇ ਨੇ। ਮੈਂ ਨੀ ਮਾਰਦੀ, ਉਹ ਟਾਈਮ ਗਿਆ ਵੀ ਹੁਣ ਮੈਂ ਕੰਮ ਕਰ ਲੂੰਗੀ, ਜਿੰਨਾ ਵੀ ਕੰਮ ਆ ਨਾ ਕਰ, ਨਾ ਕਰ, ਹੁਣ ਮੈਂ ਇੰਨੀ ਨਰਮਾਈ ਨੀ ਵਰਤਦੀ, ਤੈਨੂੰ ਇੰਨੀ ਚੇਤਾਵਨੀ ਦਿੰਦੀ ਹਾਂ, ਮੈਥੋਂ ਕੰਮ ਨੀ ਹੁੰਦੇ, ਠੀਕ ਆ? ਅੱਛਾ ਹੁਣ ਆਇਆ ਕਰੇਂਗੀ ਤੂੰ? ਤੂੰ ਬਾਹਲੀ ਬੋਲਣ ਲੱਗ ਪਈ ਨਾ, ਤੂੰ ਮੇਰੀ ਬਾਂਹ ਛੱਡ ਦੇ, ਮੈਂ ਤੈਨੂੰ ਕਿਹੜਾ ਕਹਿਤਾ ਮੇਰੀ ਬਾਂਹ ਛੱਡ ਦੇ। ਮਤਲਬ ਮੇਰੀ ਗੱਲ ਸੁਣ, ਖਬਰਦਾਰ ਜੇ ਰਣਜੀਤ ਕੋਲੇ ਦੱਸਿਆ, ਅੱਜ ਤੋਂ ਬਾਅਦ ਨਾ ਹੁਣ ਮੇਰੀ ਪੁੱਗੂ ਇਸ ਘਰ ਦੇ ਵਿੱਚ, ਜ਼ਿਆਦਾ ਚੰਬੜੀਆਂ, ਬਥੇਰੀ ਨਰਮਾਈ ਵਰਤ ਲਈ ਮੈਂ, ਮੇਰੀ ਬਾਂਹ ਛੱਡ ਦੇ, ਮੈਂ ਤੈਨੂੰ ਕਿਹਾ ਨਹੀਂ ਛੱਡਦੀ, ਬਾਂਹ ਛੱਡ ਦੇ, ਹੁਣ ਨਾਲੇ ਤੈਨੂੰ ਨੌਕਰ ਬਣਾ ਕੇ ਰੱਖਿਆ ਕਰੂੰ, ਸਾਰਾ ਕੰਮ ਤੇਥੋਂ ਕਰਵਾਉਣਾਗਾ, ਨਾਲੇ ਕਰੀ ਨਾ ਨੁੱਕਰ ਤੂੰ, ਨਾਲੇ ਆ ਜਿਹੜੇ ਕੱਪੜੇ ਪਏ ਨਾ, ਆ ਕੇ ਤੈ ਮਾਰਨੇ ਨੇ ਤੈ, ਜਿੱਥੇ ਮਰਜ਼ੀ ਜਾ ਮੇਰੇ ਕੰਨੀਓ, ਤੂੰ ਮੇਰੀ ਬਾਂਹ ਛੱਡ ਦੇ, ਛੱਡ ਦੂ ਮੈਂ ਬਾਂਹ, ਛੱਡ ਦੇ ਮੇਰੀ, ਛੱਡ ਦੇ ਦੀ ਬਾਂਹ, ਚੱਲ ਪੀ, ਨਾਲੇ ਅੱਗੇ ਗੋਬਰ ਨੂੰ ਦੇਊਂਗੀ ਪਤਾ ਇੱਥੇ ਆਉਣ ਦੇ, ਨਾਲੇ ਤਾਂ ਇੱਧਰ ਉਂਗਲਾਂ ਲਾ ਕੇ ਜਾਂਦੀ ਹੈ, ਨਾਲੇ ਉੱਧਰ ਉਂਗਲਾਂ ਲਾਉਂਦੀ ਹੈ, ਘਰ ਪੱਟੂ ਸੌਦਾ, ਉਹਨੂੰ ਵੀ ਗੋਡਾ ਥੱਲੇ ਲਊ, ਜਿੰਨਾ ਚਿਰ ਗੋਡਾ ਥੱਲੇ ਉਹਨੂੰ ਲੈਂਦੀ ਨੀ ਉਨਾ ਚਿਰ ਨੀ ਲੋਟ ਆਉਂਦੀ। ਕੋਈ ਗੱਲ ਨੀ, ਜਿੱਥੇ ਮਰਜ਼ੀ ਭੱਜ ਲਾ, ਆ ਪਏ ਨੇ, ਆ ਕੇ ਮਾਰ ਦੂ ਆਪੇ, ਤੇ ਆਪਾਂ ਤਾਂ ਰੋਟੀਆਂ ਖਾਂਦੇ ਆਪਦੀਆਂ ਦੋ। ਨਾਲੇ ਮੇਰੀ ਗੱਲ ਸੁਣ ਜਾ ਕਰਕੇ, ਉਹ ਮੱਝਾਂ ਨੂੰ ਨਾ ਸਾਵੇਂ ਕਰ ਜਾ, ਫੇਰ ਜਾਈ ਉਹਨਾਂ ਦੇ ਘਰੇ, ਤੁਰ ਪਈ ਇੱਧਰ ਨੂੰ, ਕਰ ਜਾਨੀ ਆ। ਹੋ ਹੋ ਅੱਜ ਦੀ ਬੱਚੀ ਤਾਂ ਮੈਂ ਸੌ ਵਾਰੀ ਬਚਾਂ, ਮੈਂ ਤਾਂ ਲੱਤਾਂ ਕੰਮੀ ਜਾਂਦੀਆਂ ਨੇ, ਅਸੀਂ ਤਾਂ ਖੇਤ ਪਏ ਗਦੇ ਨਾ ਵੀ ਨਾ ਹੋਵੇ, ਗੇਬੋ ਗੋਏ ਨੀ ਮੈਂ ਕੋਈ ਵੀ ਗੱਲ ਕਰਦੀ, ਮੇਰੇ ਨਾਲ ਇਹ ਬਣੀ ਹੈ। ਲੈ ਦੇਖਦੇ ਆ ਪਹਿਲਾਂ, ਗੇਬੋ ਘਰੇ ਹੈਗੇ ਇੱਕ ਨਾ, ਕੱਲ ਕਹਿੰਦੀ ਮੈਂ ਸੇਲ ਚ ਜਾਣਾ, ਕਿਤੇ ਮਾਨਸਾ ਵੀ ਨਾ ਵਾਗੀ ਹੋਵੇ, ਦੋ ਘੰਟੇ ਇਹਦੇ ਕੋਲ ਲਾ ਕੇ ਜਾਂਦੀ ਹਾਂ, ਇਹਨੇ ਮੁੰਡਾ ਆਜੂ ਰਣਜੀਤ, ਉਹ ਪਈ ਆ ਭੈਣ ਗੇਬੋ ਤਾਂ ਪਏਗੀ ਭੈਣ, ਹਾਂ ਪਏਗੀ ਭੈਣ, ਆ ਜਾ ਬਹਿ ਜਾ, ਚਾਹ ਬਣਾਉਣ ਜਾਏਗਾ ਤੇ ਘੁੱਟ ਨਾ, ਬਸ ਚਾਹ ਤਾਂ ਮੈਂ ਪੀ ਕੇ ਆਈ, ਬਹੂ ਨੇ ਬਣਾ ਲਈ ਸੀ। ਅੱਛਾ ਹਾਂ, ਮੈਂ ਤਾਂ ਕੱਪੜੇ ਦੇਖਣ ਆਈ ਸੀ, ਮੈਂ ਤਾਂ ਗਈ ਨੀ ਬਹਿ ਕੇ ਕੱਪੜੇ ਲੈਣ,
ਜਵਾਬ ਦੇਤਾ ਫਿਰ ਮੇਰਾ ਜੀ ਜਨ ਕਰਿਆ ਕਰੀ ਕਰਕੇ ਤੈਨੂੰ ਪਤਾ ਬੂਹਾਂ ਪਿੰਡ ਵਗ ਗਿਆ ਉਹ ਮੈਂ ਤਾਂ ਐਂ ਦੇਖਣ ਆਈ ਸੀ ਮੈਂ ਸੋਹਣੇ ਹੋਣਗੇ ਚੱਲ ਸੱਸ ਨੂੰ ਆਸੀ ਲਿਆਵਾਂਗੇ ਨਾ ਕੱਪੜੇ ਤਾਂ ਬਣਾ ਸੋਹਣੇ ਦੱਸਦੇ ਨੇ ਫਿਰ ਮੈਂ ਤੁਸੀਂ ਅੱਗੇ ਤੋਂ ਬਿਨਾਂ ਜਾਣਾ ਔਖਾ ਹੋ ਗਿਆ ਹਾਂ ਗੱਲ ਤਾਂ ਠੀਕ ਆ ਕੱਲੀ ਨੇ ਔਖਾ ਸੀ ਹੋਰ ਬਹੁ ਤਾਂ ਨਹੀਂ ਬੋਲੀ ਕੁਛ ਲੈ ਬਹੁ ਤਾਂ ਭੋਰਾ ਵੀ ਨਹੀਂ ਬੋਲਦੀ ਕੱਲ ਤੇਰੇ ਸਾਹਮਣੇ ਉਹਦਾ ਪਿਓ ਆਇਆ ਸੀ ਉਹਦੇ ਦੀ ਅੱਖ ਚ ਭਾਈ ਨਹੀਂ ਰੜਕਦੀ ਕਦੇ ਚੰਗੀ ਜਾ ਕਦੇ ਮਾੜੀ ਉਹਦੇ ਕੋਲੇ ਕਰੀ ਆ ਕਦੇ ਨਾ ਕਾਹਨੂੰ ਕਰੀਏ ਭੈਣੇ ਹਾਂ ਹਾਂ ਕਰਨਾ ਤਾਂ ਕੀ ਹੈਗਾ ਆ ਸੀਟਰ ਜਿਹੇ ਧਾਗਾ ਜਾ ਫਸਿਆ ਪਿਆ ਸੀ ਮੈਂ ਹਾਂ ਮਾੜਾ ਦੇਖ ਲਾ ਇੱਕ ਸੂਟ ਜਿਹਾ ਬਣਾ ਲੂੰਗੀ ਹਾਂ ਹਾਂ ਮੇਲੇ ਚ ਤਾਂ ਬਸ ਆਹੀ ਰਹਿ ਗਏ 12-13 ਦਿਨ ਨਾ ਨਾ ਹੁਣ ਤਾਂ ਦੇਤੇ ਮੈਂ 2 ਸੂਟ ਸਿਉਣੇ ਤਾਂ ਹਾਂ ਹਾਂ ਉਹ ਮੈਂ ਕਿਹਾ ਚਲੋ ਸਸਤਾ ਜਿਹਾ ਆਪ ਬਣਾ ਲੂੰਗੀ ਨਾਲੇ ਮੇਰੀ ਗੱਲ ਸੁਣ ਲਓ ਤੁਸੀਂ ਆ ਜਾਓ ਚੰਗਾ ਮੇਲੇ ਤੇ ਕਿਆ ਲੈ ਕਮਲੀਏ ਉਹ ਗੱਲਾਂ ਗਈਆਂ ਡਰਨ ਡਰਾਉਣ ਵਾਲੀਆਂ ਹੁਣ ਤਾਂ ਮੈਂ ਬੁੜੀ ਜੀ ਪੂਰੀ ਖਿੱਚਤੀ ਹੁਣ ਤਾਂ ਘਰ ਚ ਮੇਰੀ ਪੁੱਗਦੀ ਆ ਐਵੇਂ ਨਾ ਡਰਿਓ ਮੈਂ ਤਾਂ ਬਸ ਗੱਲ ਲੜ ਬਣ ਲਈ ਤੇਰੇ ਲਈ ਮੈਂ ਕਿਹਾ ਤਾਂ ਲੋਟਣ ਕੰਮ ਆਉਂਦਾ ਨੀ ਹਾਂ ਬਾਪੂ ਆਇਆ ਸੀ ਵੀ ਬਾਪੂ ਵੀ ਕੀ ਕਰੇ ਉਹ ਤਾਂ ਆਪ ਡਰਦਾ ਵਿਚਾਰਾ ਮਿਣ ਲੱਗ ਗਿਆ ਕਰਨ ਫਿਰ ਮੈਂ ਕਹਿਤਾ ਮੈਂ ਤਾਂ ਆਪੇ ਸਿੱਧੀ ਕਰ ਲੂ ਨਾ ਮੈਂ ਤੇਰੇ ਕੋਲੇ ਆਵਾਂ ਠੀਕ ਆ ਨਾ ਮੈਂ ਕੁਛ ਕਰਾਂ ਮੈਂ ਤਾਂ ਆਪੇ ਸਿੱਧੀ ਕਰ ਲੂ ਠੀਕ ਹੈ ਚੰਗਾ ਚੱਲ ਠੀਕ ਆ ਮੈਂ ਫੇਰ ਗੱਲ ਕਰਦੀ ਆ ਰਣਜੀਤ ਆ ਗਿਆ ਅਮਨ ਸੰਬੰਧਿਤ ਸੀ ਸਮੇਂ ਮੈਂ ਨਮਾਸ ਮਾਰ ਕੇ ਸਾਵੇਂ ਬੰਨੇ ਹੀ ਅੰਦਰ ਪੱਖੇ ਲਾਏ ਹੀ ਉਹਨਾਂ ਨੂੰ ਤੇ ਮਸ਼ੀਨ ਜੀ ਕਦੋਂ ਖੋਲੀ ਬੈਠੀਆਂ ਮਸ਼ੀਨ ਜੀ ਸੀਟਰ ਜਿਹਾ ਧਾਗਾ ਜਿਹਾ ਫਸਿਆ ਪਿਆ ਮੈਂ ਇੱਕ ਸੂਟ ਬਣਾ ਲੂੰਗੀ ਆਪਦਾ ਅੱਛਾ ਤੇ ਕੀ ਕਹਿੰਦਾ ਡੈਰੀ ਵਾਲਾ ਹਿਸਾਬ ਕਿਤਾਬ ਤਾਂ ਕਰਿਆ ਡੈਰੀ ਵਾਲੇ ਨਾਲ ਬੇਬੇ ਕਹਿੰਦੀ ਘਿਓ ਲਈ ਰਿਸ਼ਤੇਦਾਰ ਸਾਰੇ ਆਉਣਗੇ ਤੇ ਉਹ ਕਹਿੰਦਾ ਘਿਓ ਤਾਂ ਯਾਰ ਬਾਈ ਲੱਗਦਾ ਹੀ ਬਾਹਲਾ ਕਹਿੰਦਾ ਕੱਲ ਨੂੰ ਰੱਖਦਾ ਕੱਲ ਨੂੰ ਲੈ ਹਾਂ ਚਲ ਹਾਲੇ ਪਿਆ ਪਾਈ ਆ ਆਪਣੇ ਕੋਲੇ ਕਹਿੰਦਾ ਪਹਿਲਾਂ ਦੱਸਣਾ ਸੀ ਜਾਂ ਤਾਂ ਜੇ ਪਹਿਲਾਂ ਦੱਸਿਆ ਹੁੰਦਾ ਕਹਿੰਦਾ ਰੱਖ ਲੈਂਦਾ ਚਲ ਹੁਣ ਵੀ ਕਹਿ ਦੀ ਉਹਨੂੰ ਮੈਂ ਸਾ ਉਹੀ ਗੱਲ ਤਾਂ ਨਹੀਂ ਕਰਤੀ ਕਿਤੇ ਸੱਚੇ ਨਮਾ ਨਮੂ ਕੇ ਬੰਨ ਤੇ ਸ਼ਾਮੇ ਕੇ ਨਮਾ ਆਤਮਾ ਕੇ ਉਹਨਾਂ ਨੂੰ ਮੈਂ ਬੰਨ ਤਾਂ ਅੰਦਰ ਪੱਖੇ ਲਾਏ ਸੱਤ ਵਾਲਾ ਪੱਖਾ ਲਾਏ ਦੂਜਾ ਲਾਏ ਤੇ ਉਹ ਕੱਪੜੇ ਜੇ ਕਿਵੇਂ ਸਿੱਟੇ ਪਏ ਆ ਉਹ ਤਾਂ ਮੈਂ ਟੈਹਾ ਮਾਰਦੀ ਸੀ ਮੈਂ ਚਲੋ ਕੱਪੜੇ ਨੇ ਟੈਹਾ ਮਾਰਦਾ ਫਿਰ ਮੈਂ ਮਸ਼ੀਨ ਦੀ ਲੋਡ ਕਰਾਂਗਾ ਲਾਈਟ ਭੱਜ ਗਈ ਸੀ ਬੇਬੇ ਕੀ ਕਰੀ ਜਾਂਦੀ ਆ ਬੇਬੇ ਤਾਂ ਹੈ ਨਹੀਂ ਗੀ ਬੇਬੇ ਤਾਂ ਗੁੱਡੀ ਬੇਬੇ ਕੀ ਗਈ ਉਹ ਕਹਿੰਦੀ ਮੇਰਾ ਦਿਲ ਜਾਣ ਲੱਗਦਾ ਮੈਂ ਕਿਹਾ ਚਲ ਤੂੰ ਜਾਇਆ ਉਹਦੇ ਕੋਲੇ ਗੇਬਾ ਬੇਬੇ ਕੋਲੇ ਅੱਛਾ ਗੁੱਡੀ ਉਹ ਨਾਲ ਜਾ ਦਿੰਦਾ ਹਾਂ ਉਹਨਾਂ ਦੇ ਘਰੇ ਗਈ ਹੈ ਮੈਂ ਚੱਲ ਜਾ ਆਇਆ 10 ਮਿੰਟ ਗੱਲਾਂ ਬਾਤਾਂ ਕਰੇ ਉਹ ਮਨ ਹੋਰ ਹੋ ਜਾਂਦਾ ਬੰਦੇ ਦਾ ਆਹੋ ਸਾਰਾ ਦਿਨ ਘਰੇ ਬੈਠ ਕੇ ਵੀ ਹੋਰ ਰੱਖ ਜਾਂਦਾ ਗਾ ਮੈਂ ਉਹਨੂੰ ਆਖਿਆ ਕਹਿੰਦੀ ਸੀ ਕਹਿੰਦੀ ਮੈਂ ਨਵਾ ਦਿੰਦੀ ਹਾਂ ਪਸ਼ੂ ਮੈਂ ਤੂੰ ਆਪੀ ਵਗ ਜਾ ਮੈਂ ਤਾਪੀ ਨਵਾ ਨਵੂ ਤੂੰ ਨਵਾ ਧਵਾ ਕੇ ਮੈਂ ਬੰਨ ਤੇ ਚਾਹ ਕਰਕੇ ਦਿੱਤੀ ਸੀ ਚਾਹ ਪੀ ਕੇ ਉਹ ਉੱਧਰ ਵਗ ਗਈ ਮੈਂ ਭਾਂਡੇ ਸਾਫ ਕਰਕੇ ਰੋਟੀ ਖਾ ਕੇ ਟੀ ਸੀ ਨਾਲੇ ਭਾਂਡੇ ਸਾਫ ਕਰਕੇ ਬੇਬੇ ਤੈਨੂੰ ਮਾੜਾ ਮੋਟਾ ਗੁੱਸੇ ਚ ਕਹਿੰਦੀ ਹੁੰਦੀ ਆ ਨਾ ਬੇਬੇ ਦਾ ਥੋੜਾ ਸੁਭਾਅ ਅੜ ਬੈ ਕੇ ਗੁੱਸਾ ਨਾ ਕਰਿਆ ਕਰ ਚੰਗਾ ਨਾ ਨਾ ਮੈਂ ਤਾਂ ਕੀ ਕਹਿਣਾ ਪਹਿਲੇ ਤੈਨੂੰ ਅੜ ਦਾ ਸੁਭਾਅ ਆਉਂਦਾ ਥੋੜਾ ਜਿਹਾ ਚਲ ਕੋਈ ਨੀ ਮੈਂ ਤਾਂ ਹੁਣ ਕੁਛ ਨੀ ਕਹਿੰਦੀ ਮੈਂ ਆਪੀ ਚਲ ਬੇਬੇ ਆਪੇ ਹੌਲੀ ਹੌਲੀ ਠੀਕ ਹੋ ਜੂਗੀ
ਕੰਮ ਕਹਿਤਾ ਉਹਨੂੰ, ਮੈਂ ਆਪ ਹੀ ਕਰ ਲਿਆ ਕਰੂੰ, ਬਸ ਬੋਲਿਆ ਨਾ ਕਰ। ਚਲੋ ਠੀਕ ਆ। ਕੱਪੜੇ ਚੱਕਦੇ ਬੁਰੇ ਲੱਗਦੇ ਆ, ਕੋਈ ਆ ਜਾਂਦਾ ਚੱਕ ਵੀ ਆ ਗਈ ਬਸ। ਹਾਂ ਹੁਣ ਤੈਨੂੰ ਕੀ ਦੱਸਾਂ ਵੀ ਬੇਬੇ ਤਾਂ ਮੈਂ ਹੀ ਸਿੱਧੀ ਕਰੀ ਆ, ਫਿਰ ਆਊਗਾ ਲੋਟ ਕੰਮ। ਹਾਂ ਕਿੰਨਾ ਕੁ ਚਿਰ ਦੇਖਦੀ ਮੈਂ ਤੇਰੇ ਮੂੰਹ ਨੀ ਵੀ ਤੂੰ ਕਹੇਗਾ ਕੁਛ, ਤੂੰ ਤਾਂ ਆਪ ਉਹਦੇ ਮਗਰ ਲੱਗ ਰਿਹਾ। ਲੈ ਵੀ ਮੈਂ ਚੱਕਾਂ ਕੱਪੜੇ, ਇਹਨੂੰ ਕਾਹਨੂੰ ਭੇਤ ਦੇਣਾ। ਮੈਂ ਮੁੜ ਕੇ ਬੋਲੀ ਨੀ, ਕਹਿੰਦੀ ਮੈਂ ਤਾਂ ਗੁੱਸੇ ਚ ਬੋਲਿਆ ਗਿਆ। ਗੁੱਸਾ ਵੀ ਰੋਕਣਾ ਚਾਹੀਦਾ, ਕੰਟਰੋਲ ਕਰਨਾ ਚਾਹੀਦਾ। ਚੱਲ ਬੰਦਾ ਵਗੀ ਜਾਂਦਾ ਭੈਣ ਭਾਈ ਕੋਲੇ ਨਾ, ਹਾਂ ਵਗਦਾ 10 ਮਿੰਟ ਗੱਲਾਂ ਬਾਤਾਂ ਕਰ ਲੈਂਦੇ। ਹਾਂ ਗੱਲ ਤਾਂ ਤੇ ਠੀਕ ਹੈ, ਅਸੀਂ ਤਾਂ ਕਹਿੰਦੇ ਵੀ ਬੋਲਣ ਲੱਗੇ ਨੀ ਸੋਚਦੀ ਵੀ ਆਹ ਗੱਲ ਕਹਿਣੀ ਹੈ ਕਿ ਨਾ। ਸਿਆਣੀ ਹੋ ਗਈ ਭੈਣੇ, ਮੈਂ ਤਾਂ ਵਿਹਲੀ ਸੀ ਹੁਣ ਜਮੀ। ਚੱਲ ਵਧੀਆ ਭਾਈ ਭਾਈ ਆਪ ਹੀ ਕਰ ਲੈਂਦੀ ਆ ਮਿੰਟ, ਮੈਂ 4 ਵਜੇ ਉੱਠਣ ਲੱਗ ਗਈ ਹੁਣ ਤਾਂ। ਚੱਲ ਤੂੰ ਨਹੀਂ ਮੂੰਹ ਜਾ ਪਾਣੀ ਵਾਲਾ, ਨਾ ਨਾ ਕਰਦੇ ਕਰੀ ਜਾਣ ਦੇ। ਹਾਂ ਮੈਂ ਕਹਿੰਦੇ ਵਿੱਚ ਬਾਹਰ ਚ ਬੋਈਏ ਤਾਂ, ਨਾ ਨਾ ਤੈਨੂੰ ਲੋੜ ਹੀ ਨਹੀਂ, ਆਪ ਹੀ ਕਰੀ ਜਾਊਗੀ। ਹਾਂ ਕਦੇ ਆਪ ਹੀ ਲੱਗ ਗਈ ਕੰਮ ਕਰਨਾ। ਹਾਂ ਮੈਂ ਆ ਦੇਖ ਲੈ, ਜਦੋਂ ਜੀ ਕਰਦਾ ਕਰ ਲੈਣੀ ਆ, ਨਹੀਂ ਜੀ ਕਰਦਾ ਨਾ ਕਰਾਂ। ਮੈਨੂੰ ਕੰਮ ਨੂੰ ਨਹੀਂ ਕਹਿੰਦੀ ਆ। ਹਾਂ ਤੇ ਮੈਨੂੰ ਕੀ ਲੋੜ ਆ ਵਿੱਚ ਬੋਲਣ ਦੀ, ਨਾ ਉਹ ਵੀ ਨਹੀਂ ਕਹਿੰਦੀ। ਹੁਣ ਤੇਰੇ ਸਾਹਮਣੇ ਉਹਦਾ ਪਿਓ ਤਾਂ ਕਿੰਨਾ ਸਮਝਾ ਕੇ ਗਿਆ। ਚੱਲ ਸਮਝਣਾ ਵੀ ਚਾਹੀਦਾ ਸੀ, ਕੋਈ ਮਾਂ ਪਿਓ ਕਹਿੰਦਾ। ਹਾਂ ਮੁੰਡਾ ਤਾਂ ਨਹੀਂ ਬੋਲਿਆ ਕੁਛ, ਨਾ ਮੁੰਡੇ ਦਾ ਕੀ ਬੋਲਣਾ, ਨਾ ਮੁੰਡਾ ਤਾਂ ਵਿਚਾਰਾ ਕੁਛ ਨਹੀਂ ਕਹਿੰਦਾ। ਨਾ ਮਾਂ ਕੀ ਪਤਾ ਜਿੰਦਾ ਜਵਾਕ ਦਾ ਮਾਂਗ ਲੱਗ ਜਾਂਦਾ। ਨਾ ਨਾ ਕੁਛ ਨਹੀਂ ਬੋਲਦਾ ਵਿਚਾਰਾ, ਉਹ ਤਾਂ ਮੇਰੇ ਮੰਗ ਰਹੀ ਹੈ, ਉਹ ਤਾਂ ਕੀ ਬੋਲਣ। ਮੈਂ ਤਾਂ ਹੀ ਤੇਰਾ ਟਾਈਮ ਪਾਸ ਹੋਣਾ, ਤਾਂ ਬਹੂ ਵੀ ਮੇਰੇ ਮੰਗ ਰਹੀ ਹੈ ਭੈਣੇ। ਚੱਲ ਭੈਣ ਚੰਗਾ ਵਧੀਆ ਹੈਗਾ। ਹਾਂ ਆ ਪਤਾ ਹੁਣ ਤੈਨੂੰ ਆਹੀ ਗੱਲ ਕਹਿੰਦੇ ਆ, ਹਾਂ ਵੀ ਤੂੰ ਜਾਇਗਾ ਬਣਦਾ ਕਰ ਲਿਆ ਕਰ, ਨਹੀਂ ਛੱਡ ਕੇ ਪੈ ਜਾ ਕਰ। ਨਾ ਮੈਂ ਤਾਂ ਹੁਣ ਵਿਹਲੀ ਰਹਿਣੀ ਹੈ, ਤਾਂ ਹੀ ਮੈਂ 2 ਘੰਟੇ ਚੱਲ ਭੈਣ ਕੋਲ ਜਾਇਆ ਮੈਂ। ਅਸੀਂ ਤਾਂ ਕਹਿੰਦੇ ਆ ਵਿਹਲਿਆਂ ਦਾ ਵੀ ਟਾਈਮ ਨਹੀਂ ਨਿਕਲਦਾ, ਤੇ ਤੈਨੂੰ ਪਤਾ ਹੀ ਹੈ। ਨਹੀਂ ਉਹਦਾ ਮੇਰੇ ਕੋਲ ਆ ਜਾ ਕਰ। ਹੋਰ ਚੱਲ ਕੋਈ ਨਾ ਤੂੰ ਵੀ ਆਇਆ ਕਰ, ਐਂ ਤਾਂ ਕੁਛ ਨਹੀਂ ਕਹਿੰਦੀ। ਨਾ ਮੈਂ ਆ ਤਾਂ ਜਾਂਦੀ ਪਰ ਮੇਰਾ ਤਾਂ ਵੱਡੀ ਉਹ ਨਹੀਂ ਕਰਦੀ, ਮੈਨੂੰ ਤਾਂ ਇੰਨਾ ਮਨ ਨੂੰ ਗੁੱਸਾ ਹੋਇਆ। ਨਾ ਨਾ ਮੈਂ ਤਾਂ ਵਾਧੂ ਕਰੀ ਆ ਉਹਦੇ ਨਾਲ, ਕਹਿੰਦੀ ਤੂੰ ਐਂ ਕਰਦੀ ਤੂੰ ਐਂ ਕਰਦੀ, ਆਪਾਂ ਗੱਲ ਗੱਲ ਕਰ ਹੀ ਲੈਂਦੇ ਆ। ਹਾਂ ਢਿੱਡ ਚ ਵੀ ਆਪਾਂ ਰੋਟੀ ਵੀ ਪਚਾਉਂਦੇ ਆ, ਗੱਲ ਪਚਾ ਸਕਦੇ ਆ। ਚੱਲ ਮੈਂ ਚੰਗੀ ਵੀ ਕਹੀ ਤੂੰ ਕੋਈ ਮਾੜੀ ਵੀ ਨੀ ਕਹੀ। ਹਾਂ ਗੱਲ ਤਾਂ ਠੀਕ ਆ, ਕਹਿੰਦੀ ਤੂੰ ਉਂਗਲਾਂ ਲਾਉਣੀ ਆ। ਚੱਲ ਮੈਂ ਅੱਜ ਬਾਅਦ ਭਾਈ ਮੈਂ ਘਰੇ ਨਾ ਆਊਂਗੀ। ਚੱਲ ਕੋਈ ਨਾ ਚੰਗਾ ਭੈਣੇ, ਮੈਂ ਕਿਹਾ ਚਾਹ ਬਣਾ ਲੈਂਦੇ। ਹਾਂ ਬਸ ਚਾਹ ਤਾਂ ਮੈਂ ਪੀ ਕੇ ਆਈ, ਬਣਾ ਲੈਣਾ ਥੋੜੀ ਜੀ। ਬਹੂ ਨੇ ਬਣਾਤੀ ਸੀ ਚਾਹ। ਹਾਂ ਨਾ ਰੋਟੀ ਖਵਾਤੀ ਗਰਮ ਲਾਹੀ ਸੀ, ਨਾ ਚਾਹ ਪਿਆਤੀ। ਚੱਲ ਮੈਂ 2 ਘੰਟੇ ਲਾਇਆ ਵਾਂ। ਚੰਗਾ ਭੈਣੇ ਆ ਜੀ, ਮਾਰ ਲਈ ਗੇੜਾ। ਨਾ ਕੋਈ ਨਹੀਂ ਮੈਂ ਆਉਂਗੀ, ਦੇਖ ਲੈ ਮਿੰਟ ਚ ਤੂੰ ਵੀ ਬਣ ਕੇ ਬਹਿ ਗਈ, ਕੱਲ ਮੇਰੀ ਬੇਇੱਜ਼ਤੀ ਕਰਾਤੀ। ਦੇਖੂੰਗੀ ਬਹਿ ਕੇ ਤੈਨੂੰ ਪਕਾ ਕੇ ਜੋ ਤੱਤੀਆਂ, 5 ਆ ਕੇ ਨਹੀਂ ਹੈ, ਸੁਭਾਅ ਬਹੁਤ ਤੇਜ਼ ਹੈ ਬੰਦੇ ਦਾ, ਪਤਾ ਲੱਗ ਜਾਂਦਾ ਅੱਖੀ ਫਰਕ ਲੈਂਦਾ ਬੰਦਾ ਵੀ ਅੱਖ ਦੇ ਲੱਗਦੀ ਤੇਜ਼ ਹੈਗੀ। ਲੈ ਮੇਰੀਆਂ ਤਾਂ ਲੱਤਾਂ ਕੰਮੀ ਜਾਂਦੀਆਂ ਨੇ, ਮੁੰਡਾ ਜਿਹਾ ਹੋਵੇ ਤਾਂ ਵੀ ਚੰਗਾ ਕਰੇ। ਹਾਏ ਹਾਏ ਮੈਨੂੰ ਤਾਂ ਪਤਾ ਹੀ ਨਹੀਂ ਤੇ ਮੇਰੇ ਨਾਲ ਆਹ ਬਣੂਗੀ, ਮੈਂ ਤਾਂ ਕੱਲੀ ਨੂੰ ਕਿਤੇ ਊਈ ਨਾ ਢਾਲੇ, ਕੱਲੀ ਦਾ ਮੈਨੂੰ ਭਾਈ ਆਉਣ ਲੱਗ ਗਿਆ। ਹੁਣ ਦੇਖਾਂ ਪਹਿਲਾਂ ਜਾ ਕੇ ਮੁੰਡਾ ਹੋਵੇ ਤਾਂ ਠੀਕ ਹੈ, ਮੈਂ ਲੱਗਦਾ ਜਵਾਕ ਜਿਹਾ ਕਰੀ ਹੈ, ਬੋਲੀ ਜਾਂਦੇ ਦੋਨੇ ਚੰਗਾ ਹੋ ਗਿਆ ਕਰੀ ਹੈ, ਇਹ ਤਾਂ ਮੈਨੂੰ ਹਲਕੇ ਕੁੱਤੇ ਵਾਂਗੂ ਪੈਣ ਲੱਗ ਗਈ। ਦੇਖਦੀ ਹਾਂ ਜਾ ਕੇ, ਮੈਂ ਨਹੀਂ ਕੱਲੀ ਘਰੇ ਰਹਿੰਦੀ, ਮੈਨੂੰ ਢਾਈ ਲਓ ਕੱਲੀ ਨੂੰ। ਆ ਗਈ ਬੁੜੀ ਜੀ, ਪਹਿਲਾਂ ਤਾਂ ਬੁੜੀ ਜੀ ਮੈਨੂੰ ਸਿੱਧੀ ਲੈਣ ਤੇ ਲੈ ਕੇ ਆਵਾਂ, ਇਹ ਤਾਂ ਆਪੇ ਆਜੂ, ਇਹ ਤਾਂ ਉਹਦੇ ਮਾਂਗਰ ਲੱਗਦਾ, ਉਹਦੀ ਉਂਗਲ ਤੇ ਚੜਿਆ ਹੋਇਆ ਸੀ। ਲੈ ਕੱਪੜੇ ਜੇ ਫੜਾਵਾਂ ਉਹਨੂੰ ਵੀ ਚੁੱਪ ਕਰਕੇ ਤੈਅ ਮਾਰਦੇ, ਬਾਹਲਾ ਬੋਲੀ ਨਾ। ਓਹੋ ਥੱਕ ਗਈ ਆਉਂਦੀ ਆਉਂਦੀ, ਮਸਾਂ ਤੁਰ ਕੇ ਆ। ਲੈ ਕੱਪੜੇ ਤੈਅ ਮਾਰਦੇ। ਰਣਜੀਤ ਆ ਰਿਹਾ ਪੁੱਤ? ਹਾਂ ਰਣਜੀਤ ਤਾਂ ਆ ਗਿਆ, ਉਹ ਤਾਂ ਪਿਆ ਚੁੱਪ ਕਰਕੇ ਕੱਪੜੇ ਤੈਅ ਮਾਰਦੇ। ਤੈਨੂੰ ਕਿਹਾ ਸੀ ਨਾ ਵੀ ਤੈਨੂੰ ਤੈਅ ਮਾਰਨੇ ਪੈਣਗੇ ਕੱਪੜੇ, ਨਾਲੇ ਮੇਰੀ ਗੱਲ ਸੁਣ ਲਾ,
ਤੈ ਮਾਰ ਕੇ ਕੱਪੜੇ ਅੰਦਰ ਸਾਂਭਦੀ ਤੇ ਚਾਹ ਬਣੀ ਪੀ, ਚਾਹ ਪੀ ਲਈ ਚੁੱਪ ਕਰਕੇ ਆ ਕੇ, ਜੇ ਬਾਹਲਾ ਵੱਧ ਘੱਟ ਬੋਲੀ ਫਿਰ ਸੋਚ ਲਈ ਆਪਦੇ ਆਪ ਨੂੰ, ਕੋਈ ਨਾ ਪੁੱਤ ਮਾਰ ਦੂੰਗੀ, ਰੱਬਾ ਮਾਰਨੇ ਪੈਣਗੇ, ਆਹ ਵੇਲੇ ਨੇ ਵੀ ਆਉਣਾ ਸੀ, ਇਹਦੇ ਤਾਂ ਪਤੀ ਨਹੀਂ ਸੀ ਵੀ ਆਹ ਵੇਲਾ ਵੀ ਆਜੂਗਾ। ਚਾਹ ਪੀ, ਇੱਥੇ ਨਹੀਂ ਉੱਥੇ ਅੰਦਰ ਸਾਂਭਦੇ ਇਹਨਾਂ ਨੂੰ ਚੁੱਪ ਕਰਕੇ, ਕਹੀ ਗੱਲ ਮੰਨ ਲਿਆ ਕਰ ਇੱਕ ਵਾਰੀ। ਲਾਂਚਰ ਕਰਾਚੀ, ਗੱਡੀ ਹੌਲੀ ਹੌਲੀ ਆਊਗੀ ਲੈਣ ਤੇ, ਇੱਕੇ ਲਗਤ ਨਹੀਂ ਆਉਂਦੀ, ਨਾਲੇ ਉੱਥੇ ਬੜਾ ਗੰਦ ਨਾ ਪਾਈ ਰਸੋਈ ਚ, ਇਹਨਾਂ ਕੁੱਟ ਚਾਹਦੇ। ਤੂੰ ਪੀ ਲਈ ਪੁੱਤ ਚਾਹ? ਹਾਂ ਬੇਬੇ ਪੀ ਲਈ ਸੀ, ਲੈ ਤੇ ਬਹਿ ਜਾਓ। ਚਾਹ ਬਣਾ ਲਈ? ਬਣਾ ਲਈ। ਰੋਟੀ ਲਿਆਓ ਬੇਬੇ। ਨਾ ਰੋਟੀ ਤੇ ਪੁੱਤ ਮੈਨੂੰ ਭੁੱਖ ਨਹੀਂ। ਚਲ ਮੈਂ ਚਾਹ ਲਿਆ ਦਾ। ਭੁੱਖ ਨਹੀਂ ਪੁੱਤ, ਮੈਂ ਲੇਟ ਹੀ ਖਾਧੀ ਸੀ ਰੋਟੀ, ਲੇਟ ਹੀ ਖਾਧੀ ਸੀ। ਕਿੱਧਰ ਭੱਗ ਗਈ ਸੀ ਤੂੰ? ਤਾਈ ਕੋਲੇ ਭੱਗ ਗਈ ਸੀ, ਗੇਬੂ ਕੋਲੇ। ਤਾਈ ਗੇਬੂ ਕੇ ਭੱਗ ਗਈ ਸੀ? ਹਾਂ। ਨਾਲੇ ਮੇਰੀ ਗੱਲ ਸੁਣ ਲਓ, ਤੁਸੀਂ ਗੱਲਾਂ ਬਾਤਾਂ ਕਰ ਲਓ, ਮੈਂ ਮਾੜਾ ਜਿਹਾ ਪਸੂਨ ਪਾਣੀ ਤਾਂ ਨਹੀਂ ਪਿਆਇਆ ਵਾ। ਬੇਬੇ ਮੈਂ ਗਿਆ ਸੀ ਡੈਡੀ ਚ, ਉਧਰ ਭੱਗ ਗਈ ਸੀ। ਹਾਂ ਮੈਂ ਤੇ ਤਾਈ ਕੇ ਭੱਗ ਗਈ। ਹਾਂ ਤੇ ਦੁੱਧ ਤਾਂ ਹੋ, ਸੋਰੀ ਕਿਉਂ ਕਹਿੰਦਾ ਸੀ ਕਿਉਂ ਤਾਂ, ਉਹ ਕਹਿੰਦਾ ਬਈ ਯਾਰ ਲੱਗ ਗਿਆ, ਕਹਿੰਦਾ ਮੇਲੇ ਕਰਕੇ, ਕਹਿੰਦਾ ਜਾਂਦੀ ਬਾਹਲਾ, ਕਹਿੰਦਾ ਦੋ ਦੋ ਦਿਨ ਪਹਿਲਾਂ ਦੱਸਣਾ ਸੀ, ਸੁਧਰੀ ਆ ਕੁਛ, ਅੱਗੇ ਨਾ ਸਮਝ ਵਾਲੀ ਹੋ ਗਈ, ਨਾ ਕੰਮ ਧੰਦਾ ਵੀ ਕਰਿਆ ਕਰੂ, ਤਾੜ ਕੇ ਰੱਖਿਆ ਕਰ ਕੁਛ ਨੀ ਹੁੰਦਾ ਮਾੜਾ ਜਿਹਾ। ਨਹੀਂ ਪਹਿਲਾਂ ਕਹਿਣਾ ਪੈਂਦਾ ਸੀ ਵੀ 2 ਵੱਜ ਗਏ, ਪਸ਼ੂਆਂ ਨੂੰ ਪਾਣੀ ਪਿਆ ਦੇ। ਹਾਂ ਅੰਦਰ ਬੰਦੇ ਹੁਣ ਆਪ ਹੀ ਬਿਨਾ ਕਹੀ ਵਾ ਗਈ। ਚਲ ਮੈਂ ਕਰਾ ਦਾਂ ਬੇਬੇ ਉਹਦੇ ਨਾਲ ਪਸ਼ੂਆਂ। ਹਾਂ ਦੇਖ ਕੇ ਬਤਾ, ਹੋਰ ਹਨਾ, ਹੋਰ ਕੋਈ ਪਸ਼ੂ ਮਾਰੂਗਾ, ਕਰਾਉਣਾ ਮੈਂ ਨਾਲ। ਤੈਨੂੰ ਪਤਾ ਉਹ ਗਾਂ ਦੀ ਭੇੜੀ ਹੈ, ਕਰਾਉਣਾ ਕਰਾਉਣਾ ਕਰਾ ਦੇ। ਤੈਨੂੰ ਕੀ ਦੱਸਾਂ ਪੁੱਤਾਂ ਜੀ ਮੇਰੇ ਨਾਲ ਕੀ ਬਣੀ ਹੈ, ਚੋਰ ਦੀ ਮਾਂ ਕੋਠੀ ਚ ਮੂੰਹ, ਜੇ ਦੱਸਦੀਆਂ ਤਾਂ ਘਰ ਚ ਕਲੇਸ਼ ਪੈ ਜੂਗਾ, ਮੈਂ ਤਾਂ ਔਖੀ ਸੌਖੀ ਕੰਮ ਹੀ ਕਰ ਲਿਆ ਕਰੂੰਗੀ। ਉਹਦੇ ਬੈਠੇ ਤਾਂ ਕੰਮ ਕਰਨਾ ਪੈਂਦਾ, ਉਹਨੂੰ ਐਂ ਹੋ ਜੂਗਾ ਵੀ ਸਾਰਾ ਕੰਮ ਕਰਦੀ ਆਮਨ, ਮੇਰੇ ਸਿਰ ਤੇ ਗੱਲ ਨਹੀਂ ਆਊਗੀ, ਨਾਲੇ ਤਾਂ ਸੱਪ ਕੁੱਟਿਆ ਜਾਂਦਾ ਨਾਲੇ ਸੋਟਾ ਰਹਿ ਜਾਂਦਾ। ਆਉਣਾ? ਹਾਂਜੀ। ਪਿਆ ਤਾਂ ਬਣੇ? ਬਸ ਪਿਆ ਤਾਂ, ਜੇ ਤੁਸੀਂ ਐਂ ਕਰੋ ਤੁਸੀਂ ਪਿਆ ਦੋ, ਆਹੀ ਰਹਿੰਦੀ ਆ ਬੱਸੀ ਜੀ। ਪਿਆ ਦੇਣਾ ਕੋਈ ਨਾ, ਮੈਂ ਪਿਆ ਦੇਣਾ ਇਹਨੂੰ, ਪਿਆ ਦੋ ਤੇ ਕੀ ਕਹਿੰਦੇ ਹੁੰਦੇ ਆ, ਮੈਂ ਉਹ ਕਰ ਦੂੰਗੀ, ਭਾਂਡੇ ਪੈਣ ਵਿਚਾਰੀ ਬੇਬੇ ਕਿੱਥੇ ਔਖੀ ਹੋਊਗੀ। ਕੋਈ ਨਾ ਮੈਂ ਪਿਆ ਦੇਣਾ। ਆ ਬੱਚੀ ਰਹਿ ਗਈ? ਹਾਂ ਇਹੀ ਰਹਿ ਗਈ। ਚਲ ਇਹ ਤਾਂ ਬਣਾ ਕੇ ਬਾਹਲਾ ਘੱਟ ਗਈ ਹਨਾ। ਹੋਰ
ਬਾਦਲ ਦੀ ਖਬਰ ਤੜਕੇ ਜਦੋਂ ਡੈਰੀ ਤੇ ਗਿਆ ਮੈਂ ਉਹਨੂੰ ਕਿਹਾ ਮਾਂ ਕੋਈ ਸਾਨੂੰ ਸੱਜਰ ਸੂਈ ਮੈਸ ਦਵਾ ਦੇ ਮਾਂ ਦੁੱਧ ਘੱਟ ਗਈ ਇਹਦਾ ਕਹਿੰਦਾ ਸੀ ਕਹਿੰਦਾ ਵਿੱਚ ਕਹਿੰਦਾ ਇਹ ਦੇ ਦਿਓ ਕਹਿੰਦਾ ਤੁਹਾਨੂੰ ਵਧੀਆ ਮੈਸ ਦੇ ਦੂੰਗਾ ਕਹਿੰਦਾ ਲੋਕ ਉਦੋਂ ਤਾਂ ਕਹਿੰਦੇ ਨੇ ਇਹਦੇ ਥੱਲੇ 15 ਲੀਟਰ 14 ਲੀਟਰ ਬਾਹਲਾ ਕੁਝ ਕਹਿੰਦੇ ਨੇ ਲੋਕ ਚੀਜ਼ ਵੇਚਣ ਵਾਸਤੇ ਉਹਨੂੰ ਐਂ ਹੁੰਦਾ ਪਹਿਲਾਂ ਵੀ 100 ਗੱਪ ਸੜਪ ਮਾਰਦਾ ਅਗਲਾ ਤੁਸੀਂ ਉਦੋਂ ਉਹਦੇ ਮਾਗਰ ਲਾ ਕੇ ਦਰਸ਼ਨ ਦੇ ਉਹਨੇ 5-4 ਹਜ਼ਾਰ ਰੁਪਇਆ ਬਣਾਇਆ ਹੋਣਾ ਨਾਲ ਇੱਕ ਮੰਡਲੀ ਲੈ ਲਈ ਉਹਨੇ ਮਸਾਂ ਵਿਕੂਗੀ ਚੱਲ ਦੇਖੀ ਜਾਓ ਫਿਰ ਹੋਰ ਕੀ ਆ ਚੱਲ ਉਹ ਜਿਹਾ ਦੁੱਧ ਵੀ ਪੀ ਲਿਆ ਫਿਰ ਪੀ ਤਾਂ ਲਿਆ ਉਹ ਗੱਲ ਤਾਂ ਨਹੀਂ ਬਣਦੀ ਹੁਣ ਐਵੇਂ ਲੱਗਦਾ ਆਪਾਂ ਤਾਂ ਚੀਜ਼ ਲਿਆ ਉਹਨੇ ਅਗਲਾ ਜਦੋਂ ਖਰੀਦਦਾ ਨਾ ਇੱਥੋਂ ਫਿਰ ਪਤਾ ਲੱਗਦਾ ਸਾਨੂੰ ਘੋਚਾ ਕੱਢਦਾ ਬੱਦਲ ਬਾਈ ਜੀ ਹੋਈ ਉਹ ਕੱਪੜੇ ਲਾ ਕੇ ਲਈ ਜਾਂਗਾ ਜਾ ਕੇ ਉਹ ਕੱਪੜੇ ਲਾ ਕੇ ਲੈ ਜਾਂਦੀ ਇਹਨਾਂ ਨੇ ਮੈਂ ਭਾਂਡੇ ਮਾਜਦੇ ਮੈਂ ਵਿਚਾਰੀ ਕਿੱਥੇ ਔਖੀ ਹੋਊਗੀ 10 ਮਿੰਟ ਆਰਾਮ ਕਰ ਲੂ ਬੇਬੇ ਕਰਾ ਦੇ ਕੰਮ ਜਾ ਕੋਈ ਨਾ ਆਹੋ ਆ ਗਾਈ ਨੂੰ ਪਿਆਉਣ ਪਿਆਉਣ ਲੈ ਹਾਂ ਗਾਈ ਜੀ ਨੂੰ ਦਿਖਾ ਦੀ ਜੇ ਪੀਊਗੀ ਪਿਆਉਣਾ ਮੈਂ ਜਾਇਆ ਹੀ ਫਿਰ ਬੇਬੇ ਗੇਬੋ ਕੋਲੇ ਹਟੀ ਨੀ ਹਾਂ ਜਾਇਆ ਹੀ ਪੁੱਤ ਕਰੇ ਹੀ ਚੁਗਲੀਆਂ ਚਗਲੀਆਂ ਨਾ ਕੋਈ ਚੁਗਲੀ ਨੀ ਕਰੀ ਪੁੱਤ ਮੈਂ ਨਾ ਕਰ ਲੈਂਦੀ ਦੱਸਿਆ ਉਹਦੀ ਸਾਰੀਆਂ ਗੱਲਾਂ ਬਾਤਾਂ ਹੋਰ ਰਾਇਵਾੜੀ ਦੇ ਦਿੰਦੀ ਤੈਨੂੰ ਕੋਈ ਨਾ ਮੈਂ ਤਾਂ ਕੋਈ ਗੱਲ ਨੀ ਕਰੀ ਪੁੱਤ ਨਾ ਨਾ ਕਰ ਲੈਣੀ ਸੀ ਚੰਗਾ ਫੂਸ ਪਾਉਂਦੀ ਹੈ ਵਧੀਆ ਜਾਣਦੀ ਹੈ ਫੂਸ ਪਾਉਣਾ ਉਹ ਕੋਈ ਗੱਲ ਨੀ ਕਰੀ ਨਾਲੇ ਮੇਰੀ ਗੱਲ ਸੁਣ ਲੈ ਖੜੀ ਹੋ ਜਾ ਪਏ ਨਾ ਭਾਂਡੇ ਮਾਜਦੇ ਚੁੱਪ ਕਰਕੇ ਮਾਨ ਲੈਣੀ ਪੈਗੀ ਮਹਾਰਾਣੀ ਬਣ ਕੇ ਚੱਕ ਲਾ ਨਾਲੇ ਉੱਥੇ ਬੜਾ ਗੰਦ ਜਾਣਾ ਪਾਈ ਸਮਾਰ ਕੇ ਮਾਜਦੀ ਇਹਨਾਂ ਨੂੰ ਆਏ ਆ ਵੀ ਮੇਰੀ ਚੱਲਦੀ ਸੀ ਚੱਲਦੀ ਰਹੂਗੀ ਹੁਣ ਇੰਨਾ ਚਿਰ ਨੀ ਚੱਲਦੀ 100 ਦਿਨ ਚੋਰ ਦਾ 1 ਦਿਨ ਸਾਧ ਦਾ ਤਾਂ ਕਦੇ ਆਉਂਦਾ ਹੀ ਹੈ ਹੁਣ ਦੇਖਿਓ ਅੱਗੇ ਅੱਗੇ ਬਣਦਾ ਕੀ ਆ ਕਾਰਨਾਮੇ ਦੇਖਿਓ ਆਉਂਦੇ ਇਹ ਤਾਂ ਮੈਨੂੰ ਪੈਰ ਦੀ ਜੁੱਤੀ ਆਪਦੀ ਬਣਾਉਂਦੇ ਸੀ ਹੁਣ ਮੈਂ ਬਣਾਉਂਗੀ ਪੈਰ ਦੀ ਜੁੱਤੀ ਇਹਨਾਂ ਨੂੰ